ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਦੀ ਅਗਵਾਈ ਦੇ ਵਿੱਚ ਥਾਣਾ ਗੜਸ਼ੰਕਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਇੱਕ ਸੈਕਸ ਰੈਕਰਡ ਦਾ ਪਰਦਾ ਫਾਸ਼ ਕੀਤਾ ਹੈ ਸਾਡੇ ਨਾਲ ਐਸਐਚਓ ਗੜਸ਼ੰਕਰ ਬਲਜਿੰਦਰ ਸਿੰਘ ਮੱਲੀ ਮੌਜੂਦ ਹਨ ਉਹ ਨਾਲ ਗੱਲਬਾਤ ਕਰੋਗੇ ਸਰ ਕੀ ਕਹੋਗੇ ਜਿਹੜਾ ਇਹ ਤੁਸੀਂ ਪਰਦਾ ਫਾਸ਼ ਕੀਤਾ ਕੀ ਇਨਫੋਰਮੇਸ਼ਨ ਸੀਗੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਵਰ ਕਰ ਰਹੇ ਹੋ ਇਹ ਜਿਹੜੀ ਰਮਾਨਾਥੀ ਔਰਤ ਸੀ ਮੁਬਾਰਕਪੁਰ ਦੀ ਰਹਿਣ ਵਾਲੀ ਹੈ ਤੇ ਥਾਣਾ ਸਿਟੀ ਨਵਾਂ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਇਹ کافی ਸਮੇਂ ਲੰਮੇ ਤੋਂ ਜਿਹੜੀ ਇੱਥੇ ਧੰਦਾ ਚਲਾ ਰਹੀ ਸੀਗੀ ਨਾਲ ਇਹਦੇ ਰਜੇਸ਼ਵਰਾਂ ਰਿੱਕੀ ਰਿੱਕੀ ਜਿਹਦਾ ਘਰ ਆ ਕਿ کافی ਸਮੇਂ ਤੋਂ ਪੁਲਿਸ ਨੇ ਪਹਿਲਾਂ ਵੀ ਰੇਡ ਤੇ ਕੀਤੀ ਸੀ ਪਰ ਇਹ ਚਕਮਾ ਦੇ ਕੇ ਫਰਾਰ ਹੋ ਜਾਂਦੀ ਸੀ ਦਰਵਾਜ਼ੇ ਬੰਦਿਆ ਕਰਕੇ ਪਿੱਛੋਂ ਭੱਜ ਜਾਂਦੀ ਸੀ ਕੱਲ ਸਾਨੂੰ ਮੁਖਬਰ ਖਾਸ ਨੇ ਦੱਸਿਆ ਸੀ ਕਿ ਅੱਜ ਇਹਦੇ ਘਰੇ ਕਾਫੀ ਲੇਡੀਆਂ ਤੇ ਕਾਫੀ ਬੰਦੇ ਬੈਠੇ ਆ ਅਤਰਾਜੁਗ ਹਾਲਤ ਵਿੱਚ ਜੇ ਰੇਡ ਕੀਤਾ ਜਾਵੇ ਤੇ ਹੁਣੇ ਕਾਬੂ ਆ ਸਕਦੇ ਆ ਜਿਹਦੇ ਸਬੰਧ ਵਿੱਚ ਸਾਡੇ ਇੰਸਪੈਕਟਰ ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਲਟੀ ਨਾਲ ਹੀ ਲੇਡੀ ਫੋਰਸ ਲੈ ਕੇ ਰੇਡ ਕੀਤਾ ਤੇ ਉੱਥੋਂ ਜਿਹੜੀਆਂ 6 ਔਰਤਾਂ ਤੇ 5 ਆਦਮੀ ਜਿਹੜ ਦੇ ਨਾਲ ਹੋਰ ਤਰਾਜੋਬ ਹਾਲਤ ਵਿੱਚ ਮਿਲੇ ਤੇ ਨਾਲ ਹੋਰ ਚੀਜ਼ਾਂ ਬਰਾਮਦ ਹੋਈਆਂ ਸੀਗਾਂ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 27 ਬੜਾ 24 ਦਰਜ ਰਜਿਸਟਰ ਕੀਤਾ ਜੀ ਤੇ ਇਹਦੇ ਕੋਲ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਮਾਂਡ ਹਾਸਲ ਕਰਕੇ ਹੋਰ ਪੁੱਛਾਂਗੇ ਵੀ ਇਹ ਕਿਦੋਂ ਤੋਂ ਚਲਾ ਰਹੀ ਇਹਦੇ ਅਕਾਊਂਟ ਵੀ ਚੈੱਕ ਕਰਾਂਗੇ ਵੀ ਇਹਨਾਂ ਹੁਣ ਤੱਕ ਕਿੰਨੀ ਕਮਾਈ ਕੀਤੀ ਇਸ ਕੰਮ ਧੰਦੇ ਦੇ ਵਿੱਚ ਸਰ ਅਗਲੀ ਕੀ ਕਾਰਵਾਈ ਤੁਹਾਡੇ ਰਹਿਣ ਵਾਲੀ ਹੈ ਅਦਾਲਤ ਵਿੱਚ ਪੇਸ਼ ਕਰਨੇ ਜਾ ਰਹੇ ਹੋ ਹਾਂ ਜੀ ਨਵਾਜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਪੂਰੀ ਪੁੱਛਗਿੱਛ ਕਰਾਂਗੇ ਵੀ ਕਿੰਨੇ ਚਿਰ ਤੋਂ ਕੰਮ ਕਰ ਰਹੀ ਗੜਸ਼ੰਕਰ ਦੇ ਵਿੱਚ ਹੋਰ ਸਮੱਸਿਆ ਕਾਫੀ ਜਿੱਦਾਂ ਹੁਣ ਨਸ਼ਿਆਂ ਨੂੰ ਲੈ ਕੇ ਤੁਸੀਂ ਵੀ ਸਖਤ ਹੋਏ ਗੜਸ਼ੰਕਰ ਆ ਕੇ ਤੇ ਪਹਿਲੇ ਮੋਟਰਸਾਈਕਲ ਕਾਫੀ ਰਿਕਵਰ ਕੀਤੇ ਸੀਗੇ ਅਗਲੀ ਅੱਗੇ ਸ਼ਹਿਰ ਵਾਸੀਆਂ ਨੂੰ ਕੀ ਪੀਲ ਕਰੋਗੇ ਲੋਕਾਂ ਨੂੰ ਕੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਪੁਲਿਸ ਫੋਰਸ ਹਮੇਸ਼ਾ ਤੁਹਾਡੇ ਨਾਲ ਆ ਸਾਡੇ ਮਾਨ ਜੋ ਐਸਐਸਪੀ ਸਾਹਿਬ ਸਾਡੇ ਪੰਜਾਬ ਸਰਕਾਰ ਕਿਸੇ ਵੀ ਨਸ਼ੇ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੀ ਤੇ ਮੈਂ ਹਮੇਸ਼ਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਚੁੱਪ ਕਰਕੇ ਕਿਤੇ ਵੀ ਤੁਹਾਨੂੰ ਇਨਫਰਮੇਸ਼ਨ ਮਿਲਦੀ ਹੈ ਕੋਈ ਨਸ਼ਾ ਵੇਚਦਾ ਕੋਈ ਵੀ ਐ ਨਹੀਂ ਕੋਈ ਵੀ ਕਰਾਈਮ ਕਰਦਾ ਸਾਨੂੰ ਜਰੂਰ ਦੱਸੋ ਅਸੀਂ ਫੜ ਕੇ ਉਹਨਾਂ ਨੂੰ ਅੰਦਰ ਦੇ ਕੇ ਮੁਕਦਮਾ ਦਰਜ ਕਰੀਏ ਕਿ ਇਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਆ ਇਹਨਾਂ ਨੇ ਜਿਹੜੀਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਮੋਟਰਸਾਈਕਲ ਖਰੀਦੀਆਂ ਨੇ ਗੱਡੀਆਂ ਖਰੀਦੀਆਂ ਨੇ ਆਪਣੇ ਨਸ਼ਾ ਵੇਚ ਕੇ ਤੇ ਇਹਨਾਂ ਦੀ ਜਬਤ ਕੀਤੀਆਂ ਜਾਣਗੀਆਂ ਸਾਰੀਆਂ ਪ੍ਰਾਪਰਟੀਆਂ ਸੋ ਇਹ ਸਨ ਐਸਐਚਓ ਗੜ ਸੰਘਾ ਬਲਜਿੰਦਰ ਸਿੰਘ ਮੱਲੀ ਜਿਨ੍ਹਾਂ ਵੱਲੋਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਦਾ ਸਾਥ ਦੇਣ ਗੜਸ਼ੰਕਰ ਦੇ ਵਿੱਚ ਨਾ ਤਾਂ ਨਸ਼ਿਆਂ ਨੂੰ ਬਖਸ਼ਿਆ ਜਾਊਗਾ ਅਤੇ ਨਾ ਹੀ ਕਿਸੇ ਤਸਕਰ ਨੂੰ ਬਰਦਾਸ਼ਤ ਕੀਤਾ ਜਾਊਗਾ ਗੜਸ਼ੰਕਰ ਤੋਂ ਸੰਜੀਵ ਕੁਮਾਰ ਨਿਊਜ਼ 18 ਪੰਜਾਬ